ਕੀ ਹਾਲ ਚਾਲ ਸਾਰਿਆਂ ਦਾ? ਅਤੇ ਆਪਾਂ ਬਾਈ ਅੱਜ ਲੈ ਕੇ ਆ ਗਏ ਹਾਂ ਫੋਰਜ਼ਾ ਹੋਰੀਜ਼ਨ 5 ਦਾ ਗੇਮ ਪਲੇ। ਦਰਅਸਲ ਗੇਮ ਪਲੇ ਨਹੀਂ ਗਾ, ਅੱਜ ਨਾ ਆਪਾਂ ਆਪਦੀ ਜਿਹੜੀ ਵਿੱਲੀ ਆਪਾਂ ਤੁਹਾਨੂੰ ਪਤਾ ਵਾ ਟੈਸਟ ਕੀਤੀ ਸੀਗੀ, ਫੇਲ ਹੋ ਗਈ ਸੀ ਟੈਸਟ 'ਚੋਂ। ਇਹਨੂੰ ਪੇਂਟ ਕਰਨਾ ਵਾ, ਅਤੇ ਮਤਲਬ ਜੇ ਨੰਬਰ ਪਲੇਟਾਂ ਜਾਂ ਇਹਦਾ ਲਾਈਵ ਵੀਲ ਟਾਇਰ ਹਰੇਕ ਚੀਜ਼ ਆਪਾਂ ਚੇਂਜ ਕਰਨੀ ਆ। ਸਿੱਧੂ ਮੂਸੇ ਵਾਲੇ ਬਾਈ ਦੀ ਜਿਹੜੀ ਗੱਡੀ ਆ ਉਹਦੇ ਵਰਗੀ ਬਣਾਉਣੀ ਆ, ਦੇਖਦੇ ਹਾਂ। ਬਾਕੀ ਜੇ ਸਮਾਨ ਮਿਲ ਗਿਆ ਤਾਂ ਪੂਰਾ ਠੀਕ ਆ। ਅਤੇ ਸਾਰਿਆਂ ਨੂੰ ਪਹਿਲਾਂ ਆਪਾਂ ਪੇਂਟ ਆਪਾਂ ਕਰਨ ਲੱਗ ਗਏ ਸੀਗੇ ਹੁਣ। ਅਤੇ ਤੁਹਾਨੂੰ ਪਤਾ ਜਿਵੇਂ ਵੀ ਸਿੱਧੂ ਮੂਸੇ ਵਾਲੇ ਬਾਈ ਜਿਹੜੀ ਗੱਡੀ ਆ, ਮੇਰੇ ਖਿਆਲ 'ਚ ਉਹਨੂੰ ਆਹ ਵਾਲਾ ਪੇਂਟ ਆ ਬਾਈ ਸ਼ਾਇਦ। ਇੱਕ ਮਿੰਟ ਇੱਧਰ ਨੂੰ ਦੇਖੀਏ ਥੋੜ੍ਹਾ ਜਿਹਾ। ਇਹ ਨਹੀਂ, ਹਾਂ ਆਹ ਵਾਲਾ ਪੇਂਟ ਆ ਬਾਈ ਸਿੱਧੂ ਮੂਸੇ ਵਾਲੇ ਦੀ ਗੱਡੀ। ਇਹ ਪੇਂਟ ਆਪਾਂ ਕਰ ਲਿਆ ਅਤੇ ਚਲੋ ਇਹ ਤਾਂ ਆਪਾਂ ਰਹਿਣ ਦੀ ਆ, ਕਿਉਂਕਿ ਆਪਾਂ ਜਿਹੜੇ ਰੈਮ ਰੂਮ ਤਾਂ ਆਪਾਂ ਚੇਂਜ ਹੀ ਕਰਾ ਦੇਣੇ ਆ, ਅਲੋਏ ਵੀਲ ਪਵਾ ਦੇਣੇ ਆ। ਸੇਵ ਟੂ ਕਰੰਟ ਬਲੂ, ਓਕੇ। ਬਿੱਲੀ ਚਲੋ ਜੀ ਇਹਨੂੰ ਸੇਵ ਕਰ ਦਿੰਦੇ ਹਾਂ। ਅਤੇ ਹਾਂ ਵੀ ਆਪਾਂ ਹੁਣ ਪ੍ਰੋਸੈਸਿੰਗ ਜੀ ਲੈ ਗਏ ਸੀ ਕਾਫੀ ਟਾਈਮ, ਅਤੇ ਚਲੋ ਹੋ ਗਈ ਆ ਪੇਂਟ ਆਪਣੀ ਗੱਡੀ। ਅਤੇ ਹੁਣ ਨਾ ਆਪਾਂ ਇਹਦਾ ਬਾਕੀ ਸਾਰਾ ਕੁਛ ਚੇਂਜ ਕਰ ਲਈਏ, ਮਤਲਬ ਆਪਾਂ ਗੱਡੀ A to Z ਅਪਡੇਟ ਕਰ ਦੇਣੀ ਆ। ਵੀ ਤੁਹਾਨੂੰ ਪਤਾ ਪਿਛਲੀ ਵਾਰ ਇਹ ਰਹਿ ਗਈ ਸੀਗੀ, ਚੜ੍ਹਾਈ ਚੜ੍ਹੀ ਨਹੀਂ ਸੀ, ਅਤੇ ਆਹ ਪੂਰੇ 5 ਤਾਂ ਕਰਕੇ ਆਪਾਂ ਹੁਣ ਇਹ ਅਪਗ੍ਰੇਡ ਕਰਨ ਲੱਗੇ ਇਹਨੂੰ। ਅਤੇ ਕੈਰਸ ਨਹੀਂ ਕੋਈ ਕਰਨੀ, ਜਿੰਨੇ ਲੱਗਦੇ ਆ ਲੱਗ ਜਾਣ, ਕਿਉਂਕਿ ਫਿਰ ਆਪਾਂ ਦੁਬਾਰਾ ਇਹਦੇ ਨਾਲ ਰਾਈਡ ਕਰਕੇ ਦੇਖਾਂਗੇ। ਅਤੇ ਨਾਲੇ ਆਪਾਂ ਇਹਦੀ ਨੰਬਰ ਪਲੇਟ ਵੀ ਅੱਜ ਤੁਹਾਨੂੰ ਦਿਖਾਵਾਂਗੇ, ਆਪਾਂ ਨੰਬਰ ਪਲੇਟ ਚੇਂਜ ਕਰਾਂਗੇ ਇਹਦੀ। ਅਤੇ ਸਾਰੀ ਵੀਡੀਓ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਘੈਂਟ ਘੈਂਟ ਵੀਡੀਓ ਦੇਖਣ ਵਾਸਤੇ। ਸਮਾਨ ਸਾਰਾ ਪਈ ਜਾਂਦਾ ਵਾ ਨਾਲ ਹੀ, ਐਚ ਪੀ ਸਮਾਨ ਆਪਾਂ ਸਾਰਾ ਜਮ੍ਹਾਂ ਟੋਪ ਦਾ ਪਾ ਦੇਣਾ ਵਾ, ਅਤੇ ਮੈਨੂੰ ਲੱਗਦਾ ਖਰਚਾ ਵੀ ਬਹੁਤ ਆ ਜਾਣਾ ਯਾਰ। ਆਪਣੇ ਕੋਲ ਰੁਪਈਆ ਸਾਰਾ 1,30,000 ਆ, ਪਰ ਕੋਈ ਨਾ ਦੇਖਦੇ ਹਾਂ, ਦੇਖੀ ਚਲੋ ਬਈ ਅੱਜ ਬਣਦਾ ਕੀ। ਮਤਲਬ ਇਹਨੂੰ ਪੂਰੀ ਹਾਈ ਫਾਈ ਬਣਾ ਦਿੰਦੇ ਇਹਨੂੰ। ਹਾਂ 2 HP 4 ਅਤੇ 6 ਵਾਲਾ ਲਵਾਈਏ, ਅਤੇ 2 LB 8 LB ਲਓ ਬਈ। ਇਹ ਤਾਂ ਆਪਾਂ ਇੰਜਣ ਦਾ ਸਾਰਾ ਸਮਾਨ ਅਪਡੇਟ ਕਰਤਾ, ਅਤੇ 24,500 ਰੁਪਈਆ ਲੱਗ ਗਿਆ ਆਪਣਾ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਟਾਇਰਾਂ ਲਾ ਜਾਈਏ। ਬਰੇਕ ਨੇ ਬਰੇਕ ਬਰੇਕ ਆਪਾਂ ਠੀਕ ਆ ਪੂਰੇ ਟੋਪ ਦੇ ਪਵਾ ਦੇ ਬਈ। ਅਤੇ ਸ਼ੋਕਰ ਅੱਛਾ, ਇਹ ਲੋ ਰਾਈਡਰ ਇਹ 17 ਵਾ, ਇਹ 60। ਆਹ ਕਰਦੇ ਹਾਂ ਬਾਈ, ਇਹ ਜਮ੍ਹਾਂ ਲੋ ਰਾਈਡਰ ਆ, ਇਹ ਘੈਂਟ ਲੱਗੀ ਮੈਨੂੰ। ਅਤੇ ਬਾਕੀ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਕਿਵੇਂ ਲੱਗਦੀ ਗੱਡੀ ਆਪਣੀ, ਅਤੇ ਤੁਸੀਂ ਇਹ ਗੱਡੀ ਦੀਆਂ ਹੋਰ ਕੀ ਮੋਡੀਫਿਕੇਸ਼ਨ ਦੇਖਣੀ ਚਾਹੁੰਦੇ ਆ। ਆਹ ਕੀ ਚੀਜ਼ ਸੀਗੀ ਯਾਰ, ਫਰੰਟ ਐਨਾਲੋਗ ਬਾਰਸ, ਕੀ ਚੀਜ਼ ਆ ਇਹ ਸਮਝ ਨਹੀਂ ਲੱਗੀ, ਇਹ ਕੀ ਚੀਜ਼ ਆ। ਇੱਥੇ ਲੱਗਦੀ ਕੁਛ ਸ਼ਾਇਦ, ਚਲੋ ਜੋ ਵੀ ਆਪਾਂ ਅਪਡੇਟ ਕਰ ਲਈਏ। ਅਤੇ ਇਹ ਰੀਅਰ 'ਤੇ ਲੱਗਣੀ ਆ ਕੁਛ
मैनू समझ नहीं आता लग रही कितने यार थले लगती होनी शायद। चलो कोई ना आप कर लिया अपग्रेड तो इधर भी। अच्छा ये तो नहीं 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 ये आप कुछ भी नहीं लाना, ये आप लंडी रखनी है तो बॉडी का वेट आ जाता शेर। हाँ वेट आ जाता बॉडी का भैया 321 LB कोई चक्कर नहीं, पैसे वाला कोई चक्कर नहीं, 321 LB सही। तो हम आप जाइए इधर 86 तो शिफ्ट टाइम क्लच प्लेटा भी पूरी हाई फाई अज भाई देखी जाए गड्डी का आप कोई कसर रह नहीं देनी यदि आ ही सही हो। चल तो बाकी चैनल सबसक्राइब कर लो तो बाकी वीडियो जाके देख लो जिन्हें अजे तक नहीं देखी है, पर आ वीडियो पूरी जरूर देख लियो क्योंकि आप हजे ये लाइव रील भी पाने। ये मेरे हिसाब न सलंसर अच्छा ड्राइव लाइन तो लाइव भी जरूर दस्यो आप यार किड़े पवाइए। वैसे मैं देख के रखे एक उदा रैम भी ठीक है पर आप लाइव व्हील पवावे सोहने लग रहे लाइव व्हील तो टायर भी थोड़े जे चौड़े करा देने आ गए भी टायर पहले टायर आ जी आ जी देखिए शेप कि टायर की आता जमा रड़े आ ये भी नहीं आ क्या लगे बई यार आ घेंट लगे मैं तो चलो देखते हैं बाकी इन चौड़े करके भी चौड़े करे तो यह किमें लगते आ ही पूरे पूरे चौड़े कर देने पर डेर गड्डी बुड़कूगी भी भार पूरा आप पूरा बढ़ा देना यदा तो आह चीज़ ये अलॉय व्हील है यार आए कर दें आप अलॉय व्हील बाद च पवाने पहला आप चीज़ सैट कर लीए क्योंकि ये हिसाब न अलॉय व्हील सोहने लगने आप जमा पतले टायर रखने बी जमा पतले आ बड़े ओह बी गड्डी का क्या ही लगती यार पर आप फिर भी लाइव व्हील पवा ही लीए है ना। बाकी गड्डी दसो यार मेरा लगता भी गड्डी आई रख लीए जे घेंट बहुत लग गई जाती गड्डी पर नहीं आप लाइव व्हील देखे आप पवा ही लेने हम जिते इन्ने पैसे लग गए कोई लाइव व्हील आप यार जोड़े दे आम जोड़े अपने ना बड़े चलते एक मैं देखे लाइव व्हील वो लाइव व्हील पवाने आप नहीं गए नहीं गए वैसे इन्होंने को चॉइस बहुत ज़्यादा लाइव व्हील की आ रहे भाई आ रहे लाइव व्हील दसो भाई किमें लगते आ लाइव व्हील पवाने से आप चलो लाइव व्हील आपको मिल गए वधिया हो गया तो हूँ अगे की रह गया ये बंपर बुंपर ना बई ये तो आप लवाना नहीं गा ये नहीं लवाना बंपर बंपर नहीं सोहना लगना एक मिनट से आ चप्पू जे आ सही है बई चप्पू जे आप हटा दें यार भेड़े लगते नहीं ये तो नहीं लाना यार तो बैल भी चेक कर लो बी नाल दी ना 67,200 बैल बन गया वा तो अजे आह रही चीज अपनी 1668 HP 92,700 बी मैं लगता कि उही काम ना हो जाए
ਵੀ ਉਹ ਆਪਣੇ ਕੋਲ ਪੈਸੇ ਨਾ ਘੱਟ ਜਾਣ। ਗੱਡੀ 'ਚ ਸਮਾਨ ਤਾਂ ਆਪਾਂ ਪਵਾ ਲਿਆ 220 HP। ਅੱਛਾ ਇਹ ਸਿੰਗਲ ਆ, ਇਹ ਸਹੀ ਚੱਲ। ਪਰ ਨਹੀਂ ਬਈ, ਗੱਡੀ ਆਪਣੀ ਹੋ ਗਈ ਪੂਰੀ ਮੋਡੀਫਾਈ। ਅਤੇ ਲੁੱਕ ਚੈੱਕ ਕਰੋ ਗੱਡੀ ਦੀ, ਕਿਵੇਂ ਲੱਗਦੀ ਗੱਡੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਨੂੰ ਆਪਾਂ ਐਂ ਦਿਖਾ ਦਿੰਦੇ ਹਾਂ ਘੁਮਾ ਕੇ। ਅਤੇ ਇੱਧਰ ਡੈਸਕਾਂ ਨੂੰ ਵੀ ਲਾਲ ਰੰਗ ਕੀਤਾ ਹੋਇਆ। ਗੱਡੀ ਯਾਰ ਪੂਰੀ ਐਨ ਘੈਂਟ ਬਣ ਗਈ ਆ, ਅਤੇ ਨੰਬਰ ਪਲੇਟ ਬਸ ਰਹਿ ਗਈ ਆਪਣੀ, ਉਹ ਆਪਣੀ ਬਾਹਰ ਜਾ ਕੇ ਚੇਂਜ ਹੋਊਗੀ। ਕੇਰ ਆਪਾਂ ਇੱਥੋਂ ਗੱਡੀ ਲੈ ਜਾਣੀ ਆ ਜੀ। ਅਤੇ ਇਹ ਗੱਡੀ ਦਾ ਰੰਗ ਆਪਾਂ ਸਿੱਧੂ ਮੂਸੇ ਬਾਈ ਜਿਹੜੀ ਗੱਡੀ ਆ ਜਮਾਂ ਉਹਦੇ ਵਾਂਗੂ ਰੱਖਿਆ ਵਾ, ਪਰ ਉਹ ਲਾਈ ਵੀਲ ਨਹੀਂ ਪਾਏ, ਆਪਾਂ ਲਾਈ ਵੀਲ ਪਵਾ ਲਏ ਸੀਗੇ। ਅਤੇ ਟਾਇਰ ਯਾਰ ਮੈਨੂੰ ਇਹ ਟਾਇਰ ਥੋੜ੍ਹੇ ਜਿਹੇ ਅਜੀਬ ਜਿਹੇ ਲੱਗੀ ਜਾਂਦੇ ਆ। ਆਹ ਵਾਲੇ ਟਾਇਰ ਦੇਖਦੇ ਆ ਯਾਰ, ਹਾਂ ਬਈ ਵਾਹ, ਆਹ ਟਾਇਰ ਸੋਹਣੇ ਲੱਗਦੇ ਯਾਰ। ਇਹ ਲੋਏ ਵੀਲ ਨਾਲ ਆਹ ਵਾਲੇ ਟਾਇਰ ਸੋਹਣੇ ਲੱਗਣਗੇ ਬਈ, ਉਹ ਵਾਲੇ ਟਾਇਰ ਨਹੀਂ ਸੋਹਣੇ ਲੱਗਦੇ ਯਾਰ। ਵਿੱਧ ਤਾਂ ਨਹੀਂ ਘਟੀ? ਨਹੀਂ ਨਹੀਂ ਕਿ ਬਈ, ਡਨ ਹੋ ਗਈ ਗੱਡੀ ਫਿਲਹਾਲ ਆਪਣੀ ਬਣ ਕੇ। ਅਤੇ ਹੁਣ ਆਪਾਂ ਇਹਨੂੰ ਚੱਲੀਏ ਲੈ ਕੇ ਬਾਹਰ। ਅਤੇ 96,450 ਰੁਪਈਏ ਬਿੱਲ ਬਣ ਗਿਆ ਵਾ, ਅਤੇ ਬਿੱਲ ਦੇ ਦਈਏ ਆਪਾਂ ਇਹਨੂੰ। ਅਤੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਉ ਆਪਣੇ ਯਾਰਾਂ ਦੋਸਤਾਂ ਦੇ ਨਾਲ। ਅਤੇ ਆਪਾਂ ਇਹਦੇ ਅੱਜ ਤਾਂ ਆਪਾਂ ਫਿਲਹਾਲ ਗੱਡੀ ਮੋਡੀਫਾਈ ਕਰਨੀ ਹੈ ਇਸ ਵੀਡੀਓ ਵਿੱਚ, ਪਰ ਹੁਣ ਆਪਾਂ ਇਹਦੀ ਟੈਸਟਿੰਗ ਲੈ ਕੇ ਆਵਾਂਗੇ। ਅਤੇ ਕਮੈਂਟ ਕਰਕੇ ਸਾਰਿਆਂ ਨੇ ਜ਼ਰੂਰ ਦੱਸਿਓ ਵੀ ਕਿਹਨੂੰ ਗੱਡੀ ਘੈਂਟ ਲੱਗੀ। ਅਤੇ ਹੁਣ ਇਹ ਗੱਡੀ ਮਤਲਬ ਪੂਰੀ ਹਾਈ ਫਾਈ ਹੋ ਗਈ, ਮੈਨੂੰ ਲੱਗਦਾ ਸਾਰਿਆਂ ਨਾਲੋਂ ਤਕੜੀ ਗੱਡੀ ਬਣ ਗਈ ਜਿੰਨੀਆਂ ਆਪਣੇ ਕੋਲ ਹੈਗੀਆਂ ਵਾ। ਅਤੇ ਹੁਣ ਆਪਾਂ ਯਾਰ ਇਹਨੂੰ ਇੰਸਟਾਲ ਕਰ ਦਈਏ ਸਾਰਾ ਕੁਛ। 96,450 ਰੁਪਈਏ ਵੀ ਬਿੱਲ ਇਹਨੂੰ ਦੇਣਾ ਪੈਣਾ ਵਾ, ਅਤੇ ਆਪਾਂ ਬਿੱਲ ਦੇ ਦਿੰਦੇ ਹਾਂ ਯਾਰ, ਕਿਉਂਕਿ ਬਿਨਾਂ ਪੇ ਕੀਤੇ ਆਪਾਂ ਇੱਥੋਂ ਗੱਡੀ ਲਿਜਾ ਵੀ ਨਹੀਂ ਸਕਦੇ। ਅਤੇ ਹਾਂ ਵੀ, ਆਪਾਂ ਨਾ ਪੈਸੇ ਪੂਏ ਪੇ ਕਰਤੇ, ਅਤੇ ਹੁਣ ਆਪਾਂ ਨੰਬਰ ਪਲੇਟਾਂ ਵਾਲੇ ਕੋਲ ਆ ਗਏ ਹਾਂ। ਅਤੇ ਇੱਥੇ ਨੰਬਰ ਚੈੱਕ ਕਰਿਓ, ਆਪਾਂ ਨੰਬਰ ਜਿਹੜਾ ਲੈਣ ਲੱਗਿਆ ਨਾ, ਦੱਸੋ ਭਲਾ ਕਮੈਂਟ ਕਰਕੇ ਕਿਹੜਾ ਨੰਬਰ ਆਪਾਂ ਲੈਣ ਲੱਗੇ ਹਾਂ। ਮੈਨੂੰ ਲੱਗਦਾ ਤੁਸੀਂ ਬੁੱਝ ਲਿਆ ਹੋਣਾ ਵੀ ਨੰਬਰ ਆਪਾਂ ਕਿਹੜਾ ਲੈਣਾ। ਚਲੋ ਮੈਂ ਦੱਸ ਹੀ ਦਿੰਦਾ, ਆਪਾਂ ਨੰਬਰ ਲੈਣਾ ਵਾ 65,000-01, ਜਿਹੜਾ ਕਿ ਸਿੱਧੂ ਮੂਸੇ ਵਾਲੇ ਦੀ ਫੋਰਚੂਨਰ ਦਾ ਨੰਬਰ ਆ। ਅਤੇ ਬਈ ਨੰਬਰ ਵੀ ਵਾਕਈ ਨੰਬਰ ਬ੍ਰਾਂਡ ਬਣ ਗਿਆ ਵਾ ਅੱਜ ਦੇ ਟਾਈਮ 'ਚ। ਉਹ ਬਾਈ ਮੈਨੂੰ ਇੱਕ ਮਿੰਟ ਯਾਰ, ਠੀਕ ਆ ਉੱਤੇ ਮੈਨੂੰ ਲੱਗਾ 0 ਹੈ ਨਹੀਂ, ਸ਼ਾਇਦ ਕੰਮ ਹੀ ਖਰਾਬ ਹੋ ਜਾਣਾ ਸੀਗਾ ਤਾਂ। ਚਲੋ ਕੋਈ ਗੱਲ ਨਹੀਂ, ਇਹ ਵੀ ਚੰਗਾ ਆਪਾਂ ਨੂੰ ਨੰਬਰ ਮਿਲ ਗਿਆ ਵੀ ਨੰਬਰ ਪਹਿਲਾਂ ਬੁਕਿੰਗ 'ਚ ਨਹੀਂ ਸੀਗਾ। ਅਤੇ ਹੁਣ ਆਪਾਂ ਇਹ ਗੱਡੀ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਵੱਧ ਤੋਂ ਵੱਧ, ਕਿਉਂਕਿ ਆਪਣਾ ਫਰਜ਼ ਬਣਦਾ ਨਾ ਵੀ ਆਪਾਂ ਜੇ ਸਿੱਧੂ ਮੂਸੇ ਵਾਲੇ ਦੀਆਂ ਗੱਡੀਆਂ ਮਤਲਬ ਉਹਨਾਂ ਦੀਆਂ ਯਾਦਾਂ ਕੁਛ ਤਾਜ਼ੀਆਂ ਰੱਖੀਏ। ਆਹ ਦੇਖੋ ਬਈ, 65,000-08, ਕਿਆ ਬਾਤ ਹੈ। ਐਰਰ ਬਾਈ ਪਲੇਅਰ ਔਨਲਾਈਨ ਪਲੇਅ, ਓਕੇ ਕੋਈ ਚੱਕਰ ਨਹੀਂ। ਉਹ ਕਹਿੰਦੇ ਵੀ ਔਨਲਾਈਨ ਇਹ ਹੈਗੀ ਹੈ ਕਿਸੇ ਕੋਲ। ਅਤੇ ਹੁਣ ਤੁਹਾਨੂੰ ਆਪਾਂ ਗੱਡੀ ਦਿਖਾਈਏ ਵੀ ਗੱਡੀ ਕਿਵੇਂ ਲੱਗਦੀ ਆ। ਆਹ ਚੈੱਕ ਕਰੋ ਬਈ ਗੱਡੀ, ਮਾੜੀ ਜਿਹੀ ਛਾਵੇਂ ਕਰ ਲਈਏ। 65,000-00, ਉਹ ਵੀ ਗੱਡੀ ਦੀ ਪੈਕਅਪ ਬਹੁਤ ਜ਼ਿਆਦਾ ਹੋ ਗਈ ਬਈ, ਮਾੜਾ ਜਿਹਾ ਰੇਸ ਛੱਟੀ ਦੀ ਨਾਲ ਹੀ ਗੱਡੀਆਂ, ਅਤੇ ਗੱਡੀ ਪੂਰੀ ਮੈਂ ਕਹਿੰਦਾ ਬਈ ਬੰਬ ਬਣ ਗਈ ਬੰਬ। ਅਤੇ ਇੰਜਣ ਉਂਜਣ 'ਚ ਪੂਰਾ A-Z ਪੂਰਾ ਇੱਕ ਨੰਬਰ ਲਾ ਤਾ। ਅਤੇ ਹੁਣ ਇਹ ਗੱਡੀ ਮੈਨੂੰ ਲੱਗਦਾ ਵੀ ਕੋਈ ਵੀ ਟਾਸਕ ਆਰਾਮ ਨਾਲ ਕੰਪਲੀਟ ਕਰ ਲੂਗੀ।
पर आपां अज इहदे नाल कोई टास्क नहीं करना है। अज आपां सिर्फ इहदी मोडिफिकेशन की वीडियो पाउणी सीगी, तो बाकी बसे माड़ा जिहा चैक करन च कोई हर्ज नहीं गा। उदां भजा आ जाएगा। वाह भाई गड्डी 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 की आवाज़ चैक करो यार, पहलां तां होर ही आटो जी वाली आवाज़ सीगी, ते हुण तां गड्डी जिवें लैंबरगिनी हुंदी है ना, ऐ आवाज़ करदी। पीबी 65 मोहाली का 3-0 पिछे 8 बलिए ते कब्जे वालिया टक्कां दे विच खोरू पाउंदा अपना स्नैपी। तो लाइव व्हील देखो बई किन्ने घेंट लगते हैं, लाइव व्हील यार वाकई बहुत ज़्यादा घेंट लगियां जिवें। तो ये वीडियो यदि अपन टेस्टिंग छेती छेती लियानी पैनी है, पर अज अपने को टाइम थोड़ा वा, अज आप प्रोपर नहीं कर सकते टेस्टिंग, पर चलो कोई ना टेस्टिंग नहीं करते, पर इदा गेड़ी जी ला आने किसी पास जाके माड़ी जी भजा के देख लें। भाई गड्डी का वेट, गड्डी माड़ी जी भी नहीं घुकी भाई साइड नू, हैरान रह गए यार मैं, गड्डी माड़ी जी भी नहीं घुकी, वेट इन्ना ज़्यादा ना गड्डी अंदर। वाकई गड्डी पूरी एंड बन गई भाई अपनी हुण। तो माड़ा जहा साइड ते लाया जी गेड़ी कुड़ी कि ते बाकी कमेंट करके दस्यो भी आपां इहनू हुण टेस्टिंग दी वीडियो किदां लियाईए। ते जिन्हें अपनी दूजियां वीडियो नहीं देखियां रेड डेड दियां ते बब जी जिहड़ियां आईयां पईयां वीडियो वह भी देख लियो, ते चैनल नू सबसक्राइब जरूर कर लियो। ते इदां ही प्यार दिंदे रहो अपनी वीडियो नू। अपनी फेवरेट गड्डी का नाम भी यार जरूर लिख दिया करो, फिर आप गड्डी बाय कर लेंगे है ना। तो इतने ड्रिफ्ट मरा दी यदि गड्डी लंघ जाने दी, पिछे आँदी सी बड़िया स्लो आदि यार। तो लो बई इतने आप ना ड्रिफ्ट मराने यदि, ओ भाई 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 गड्डी क्या बात है भाई, क्या बात गड्डी। गड्डी देखो भाई लाइव व्हील एंड कराता भाई, एंड 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 एंड। तो चलो भी वीडियो कर दे एंड, तो अपनी गड्डी किवें लगी सारा जरूर दसो, तो नंबर गड्डी का